ਆਪਣਾ ਨਾਂ ਜੀ? ਸੁਖਜਿੰਦਰ ਸਿੰਘ। ਆਪਣੇ ਫਾਦਰ ਸਾਹਿਬ ਦਾ ਨਾਮ? ਨਿਹੱਤਰ ਸਿੰਘ। ਅਤੇ ਪਿੰਡ ਕਿਹੜਾ ਪੈਂਦਾ? ਮੋਲੋਵਾਲ। ਜ਼ਿਲ੍ਹਾ ਜੀ? ਸੰਗਰੂਰ। ਠੀਕ ਹੈ। ਬਾਕੀ ਜਿਹੜਾ ਤੁਹਾਡੇ ਹੱਥ ਦੇ ਵਿੱਚ ਆਰਡੀ ਪ੍ਰੋਡਕਟ ਹੈ ਜੀ, ਅਤੇ ਕਿਹੜੀ ਫਸਲ ਦਾ ਰਿਜ਼ਲਟ ਲਿਆ, ਕੀ ਰਿਜ਼ਲਟ ਲਿਆ ਜੀ? ਆਪਾਂ ਜੀ ਮੱਕੀ 'ਤੇ ਵਰਤਿਆ ਜੀ। ਠੀਕ ਹੈ ਜੀ। ਪਸ਼ੂਆਂ ਲਈ ਚਾਰੇ 'ਤੇ? ਠੀਕ ਹੈ ਜੀ। ਅਤੇ ਝੋਨੇ 'ਚ ਵੀ ਵਰਤਿਆ ਜੀ? ਠੀਕ ਹੈ ਜੀ। ਇਹਦਾ ਰਿਜ਼ਲਟ ਮੱਕੀ ਚਾਰੇ ਲਈ ਤਾਂ ਬਹੁਤ ਵਧੀਆ ਜੀ। ਠੀਕ ਹੈ। ਜੀਰੀ ਲਈ ਵੀ ਅਸੀਂ ਇਸ ਸਾਲ ਜਿਹੜਾ ਯੂਰੀਆ ਪਾਇਆ ਉਹ ਘੱਟ ਪਾਇਆ ਪਹਿਲਾਂ ਨੂੰ। ਠੀਕ ਹੈ। ਅਤੇ ਜੀਰੀ ਦਾ ਬੂਝਾ ਵੀ ਠੀਕ, ਅਤੇ ਵੀ ਆਪਣਾ ਜੀਰੀ ਦਾ ਰੰਗ ਵੀ ਉੱਪਰੋਂ ਬਿਲਕੁਲ ਸਾਫ਼। ਠੀਕ ਹੈ। ਪੂਰਾ ਵਧੀਆ ਰਿਜ਼ਲਟ ਮਿਲਿਆ? ਹਾਂਜੀ ਵਧੀਆ ਰਿਜ਼ਲਟ। ਬਾਕੀ ਹਰੇ ਚਾਰੇ 'ਤੇ ਤੁਸੀਂ ਸ਼ੇਡ ਨੂੰ ਵੀ ਲਾ ਕੇ ਬੀਜਿਆ ਜੀ? ਨਾ ਜੀ, ਨਾਲ ਨਹੀਂ ਲਾ ਕੇ ਬੀਜਿਆ, ਸਪਰੇਅ ਕਰ ਉੱਪਰ ਸਪਰੇਅ ਕੀਤੀ। ਹਾਂਜੀ। ਬਾਕੀ ਉੱਥੇ ਯੂਰੀਆ ਪਾਇਆ ਜੀ? ਹਾਂਜੀ ਯੂਰੀਆ ਵੀ ਪਾਇਆ। ਠੀਕ, ਬਹੁਤ ਘੱਟ ਅੱਗੇ ਨੇ। ਠੀਕ ਹੈ ਜੀ, ਘੱਟ ਹੈ। ਜਾਣੀ ਕਿ ਮੰਨ ਲਓ ਵੀ ਕੈਮੀਕਲ ਖਾਦਾਂ ਦੀ ਘੱਟ ਜਾਣੀ ਕਿ ਘੱਟ ਪਈਆਂ ਨੇ। ਹਾਂਜੀ। ਅਤੇ ਹੁਣ ਝੋਨਾ ਤੁਹਾਨੂੰ ਕੀ ਪੁਜੀਸ਼ਨ 'ਚ ਲੱਗਦਾ, ਵਧੀਆ ਲੱਗਦਾ ਜੀ? ਪੁਜੀਸ਼ਨ ਹੁਣ ਝੋਨੇ ਦੀ ਵਧੀਆ ਜੀ, ਇੱਕ ਸਪਰੇਅ ਅਸੀਂ ਦੇ ਨਿਸ਼ਚਰਨ ਵੇਲੇ ਕਰਾਂਗੇ। ਠੀਕ ਹੈ। ਬਾਕੀ ਤੁਸੀਂ ਅੱਗੇ ਜ਼ਿਮੀਂਦਾਰਾਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ? ਅੱਗੇ ਜੀ ਇਹੀ ਆ ਵੀ ਇਹ ਬਰਤਨ ਨਾਲ ਝੋਨੇ ਦਾ ਝਾੜ ਵੀ ਵੱਧਦਾ ਜੀ, ਅਤੇ ਸਫਾਈ ਵੀ ਵੱਧਦੀ, ਝੋਨੇ ਦੀ ਨਖੇੜ ਵਧੀਆ ਹੁੰਦੀ। ਇੰਨੀ ਗੱਲ।